ਸਤਿ ਸ਼੍ਰੀ ਅਕਾਲ। ਅੱਜ ਮੈਂ ਬੜੀ ਇੰਪੋਰਟੈਂਟ ਜਿਹੜੀ ਘੋਸ਼ਣਾ ਹੈਗੀ ਹੈ ਜਲੰਧਰ ਵਾਸੀਆਂ ਨਾਲ ਸਾਂਝੀ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪਿਛਲੇ ਲੰਬੇ ਸਮੇਂ ਦੌਰਾਨ 9 ਦਿਨ ਮਾਰਚ ਦੇ ਹੋ ਗਏ, ਸਮਝੋ 23 ਤਰੀਕ ਨੂੰ ਕਰਫਿਊ ਲੱਗਿਆ ਸੀਗਾ, 30 ਦਿਨ ਅਗਲੇ ਮਹੀਨੇ ਦੇ ਹੋ ਗਏ ਅਪ੍ਰੈਲ ਦੇ, ਔਰ 17 ਦਿਨ ਇਸ ਮਹੀਨੇ ਦੇ, ਔਰ ਕੁੱਲ 56 ਦਿਨ ਜਿਹੜਾ ਹੈਗਾ ਕਰਫਿਊ ਲੱਗਿਆ ਰਿਹਾ। ਤੁਸੀਂ ਸਾਰਿਆਂ ਨੇ ਇੰਨਾ ਸਹਿਯੋਗ ਦਿੱਤਾ, ਮੈਂ ਇਹਦੇ ਲਈ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਔਰ ਇਸ ਸਮੇਂ ਦੌਰਾਨ ਜਿਹੜੇ ਵੀ ਕਰਮਚਾਰੀਆਂ ਨੇ, ਪੁਲਿਸ ਕਰਮਚਾਰੀਆਂ ਨੇ, ਹੈਲਥ ਕਰਮਚਾਰੀਆਂ ਨੇ, ਸੈਨੀਟੇਸ਼ਨ, ਸਿਵਲ ਦੇ, ਰੇਲਵੇ ਦੇ, ਬਹੁਤ ਲੋਕਾਂ ਨੇ, ਅਸੈਂਸ਼ਲ ਸਰਵਿਸਿਜ਼ ਵਾਲੇ ਜਿਹੜੇ ਹੋਕਰਸ ਨੇ, ਸਭ ਨੇ ਕੰਮ ਕੀਤਾ, ਸਭ ਦਾ ਧੰਨਵਾਦ। ਅੱਜ ਦੀਆਂ ਜਿਹੜੀਆਂ ਇੰਪੋਰਟੈਂਟ ਅਨਾਊਂਸਮੈਂਟਸ ਨੇ, ਇੱਕ ਤਾਂ ਇਹ ਹੈ ਕਿ ਕੱਲ੍ਹ ਅੱਧੀ ਰਾਤ 17 ਮਈ ਦੀ ਅੱਧੀ ਰਾਤ ਤੋਂ ਕਰਫਿਊ ਹੈ ਜਿਹੜਾ ਉਹ ਖਤਮ ਕਰ ਦਿੱਤਾ ਗਿਆ, ਔਰ ਉਹਦੇ ਤਾਬੇ ਜਿਹੜੇ ਵੀ ਕੋਈ ਆਰਡਰ ਕੀਤੇ ਗਏ ਸੀ, ਜਿਹੜੀਆਂ ਵੀ ਬੰਦਿਸ਼ਾਂ ਸੀਗੀਆਂ, ਉਹ ਖਤਮ ਕੀਤੀਆਂ ਜਾਂਦੀਆਂ ਨੇ। ਪਰੰਤੂ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਦੇ ਹੋਮ ਅਫੇਅਰਸ ਡਿਪਾਰਟਮੈਂਟ ਦੇ ਜਿਹੜੇ ਸਰਕੂਲਰਸ ਪ੍ਰਾਪਤ ਹੋਏ ਨੇ, ਉਹਨਾਂ ਦੇ ਤਹਿਤ 31 ਮਈ ਤੱਕ, ਭਾਵ ਅਗਲੇ 14 ਦਿਨਾਂ ਤੱਕ ਲੋਕਡਾਊਨ ਹੈ ਜਿਹੜਾ ਉਹ ਜਾਰੀ ਰਹੇਗਾ। ਲੋਕਡਾਊਨ ਤੋਂ ਭਾਵ ਇਹ ਹੈ ਕਿ ਰਾਤ ਦੇ 7 ਵਜੇ ਤੋਂ ਲੈ ਕੇ ਸੁਬਹਾ ਦੇ 7 ਵਜੇ ਤੱਕ 7 PM to 7 AM ਅਸੈਂਸ਼ਲ ਸੇਵਾਵਾਂ ਨੂੰ ਛੱਡ ਕੇ ਬਾਹਰ ਜਿਹੜੀ ਆਮਦ ਰਫਤ ਹੈ ਬਾਹਰ ਨਿਕਲਣ ਦੀ ਮਨਾਹੀ ਹੋਵੇਗੀ। ਇਸ ਤੋਂ ਇਲਾਵਾ ਹੁਣ ਜਿਹੜਾ ਹੈਗਾ, ਜਿਹੜੀਆਂ ਗਤੀਵਿਧੀਆਂ 'ਤੇ ਮਨਾਹੀ ਹੋਵੇਗੀ ਪੂਰੇ ਜਲੰਧਰ ਜ਼ਿਲ੍ਹੇ 'ਚ, ਸਕੂਲ, ਕਾਲਜ, ਐਜੂਕੇਸ਼ਨਲ ਇੰਸਟੀਟਿਊਸ਼ਨਸ, ਟ੍ਰੇਨਿੰਗ ਇੰਸਟੀਟਿਊਟ, ਕੋਚਿੰਗ ਇੰਸਟੀਟਿਊਟ, ਜਿਸ 'ਚ ਕਿ ਆਈਲੈਟ ਵਾਲੇ ਵੀ ਆ ਜਾਂਦੇ ਆ, ਜਿਹੜੇ ਕੋਈ +1 +2 ਦੀ ਕੋਚਿੰਗ ਦਿੰਦੇ ਆ, ਉਹ ਵੀ ਕੋਈ ਇੰਗਲਿਸ਼ ਦੀ, ਸਾਰੇ ਬੰਦ ਰਹਿਣਗੇ। ਪਰ ਇਹ ਔਨਲਾਈਨ ਅਤੇ ਡਿਸਟੈਂਸ ਲਰਨਿੰਗ ਜਿਹੜੀ ਹੈਗੀ ਹੈ ਉਹ ਕੰਟੀਨਿਊ ਕਰ ਸਕਦੇ ਨੇ। ਔਰ ਇਹਦੇ ਨਾਲੋਂ ਨਾਲ, ਕਿਉਂਕਿ ਅੱਗੇ ਦਫ਼ਤਰਾਂ ਵਾਲੀ ਗੱਲ ਆਊਗੀ, ਤਾਂ ਐਜੂਕੇਸ਼ਨ ਇੰਸਟੀਟਿਊਸ਼ਨ ਦਾ ਜਿਹੜਾ ਦਫ਼ਤਰ ਹੈਗਾ ਉਹਦਾ ਜਿਹੜਾ ਦਫ਼ਤਰੀ ਸਟਾਫ ਹੈ, ਮੰਨ ਲਓ ਕਿਸੇ ਨੇ ਤਨਖਾਹ ਬਣਾਉਣੀ ਹੈ, ਔਨਲਾਈਨ ਕੋਈ ਡਾਟਾ ਅਪਲੋਡ ਕਰਨਾ, ਕੋਈ ਬੱਚਿਆਂ ਨੂੰ ਕਿਤਾਬਾਂ ਡਿਸਪੈਚ ਕਰਨੀਆਂ ਹੈਗੀਆਂ, ਉਹ ਦਫ਼ਤਰ ਆ ਕੇ ਖੋਲ ਸਕਦੇ ਨੇ। ਬਟ ਆਈ ਐਮ ਰਿਪੀਟਿੰਗ, ਕੋਈ ਵੀ ਸਟੂਡੈਂਟ ਜਾਂ ਕਲਾਸ ਸਕੂਲ, ਕਾਲਜ, ਇੰਸਟੀਟਿਊਟ, ਕੋਚਿੰਗ ਇੰਸਟੀਟਿਊਟ 'ਚ ਨਹੀਂ ਆਊਗਾ, ਜੇਕਰ ਕੋਈ ਇੱਦਾਂ ਕਲਾਸਾਂ ਲਾਉਂਦਾ ਪਾਇਆ ਗਿਆ ਤਾਂ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਊਗੀ। ਇਸ ਤੋਂ ਇਲਾਵਾ ਹੋਟਲ, ਰੈਸਟੋਰੈਂਟ ਔਰ ਹੋਸਪਿਟੈਲਿਟੀ ਨਾਲ ਜੁੜੇ ਹੋਏ ਜਿਹੜੇ ਹੋਰ ਅਦਾਰੇ ਨੇ, ਭਾਵ ਮੈਰਿਜ, ਬੈਂਕਟ ਵਗੈਰਾ, ਸਾਰੇ ਇਹ ਸਾਰੇ ਜਿਹੜੇ ਹੈਗੇ ਆ ਬੰਦ ਰਹਿਣਗੇ। ਪਰੰਤੂ ਇਹਨਾਂ ਦੀ ਜਿਹੜੀ ਕਿਚਨ ਹੈ ਉਹਨੂੰ ਕਿਸ ਮੰਤਵ ਲਈ ਚਲਾਇਆ ਜਾ ਸਕਦਾ ਹੈ, ਰੈਸਟੋਰੈਂਟ, ਈਟਰੀਜ਼, ਹਲਵਾਈ, ਆਈਸਕ੍ਰੀਮ ਸ਼ੋਪਸ, ਜੂਸ ਸ਼ੋਪਸ, ਬੇਕਰੀ ਸ਼ੋਪਸ, ਇਹ ਜਿਹੜੀਆਂ ਹੈਗੀਆਂ ਨੇ ਸੁਬਹਾ 7 AM ਤੋਂ ਸ਼ਾਮ ਦੇ 6 PM ਤੱਕ ਖੋਲ ਸਕ ਸਾਰੇ ਸਿਨੇਮਾ ਹਾਲ, ਸ਼ੋਪਿੰਗ ਮਾਲ, ਜਿਮ, ਸਵਿਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ, ਬੈਂਕਟਸ, ਸਿਮਿਲਰ ਪਲੇਸ ਜਿਹੜੇ ਹੈਗੇ ਉਹ ਬੰਦ ਰਹਿਣਗੇ। ਇਸ ਤੋਂ ਇਲਾਵਾ ਸਾਰੀਆਂ ਸੋਸ਼ਲ, ਪੋਲੀਟੀਕਲ, ਸਪੋਰਟਸ, ਐਂਟਰਟੇਨਮੈਂਟ, ਅਕੈਡਮਿਕ, ਕਲਚਰਲ, ਰਿਲੀਜੀਅਸ ਫੰਕਸ਼ਨ, ਅਦਰ ਸਿਮਿਲਰ ਗੈਦਰਿੰਗਸ, ਇਹ ਸਾਰੀਆਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਨੇ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਰਿਲੀਜੀਅਸ ਪਲੇਸਿਸ ਆਫ ਵਰਸ਼ਿਪ ਜਿਹੜੇ ਹੈਗੇ ਆ ਪਬਲਿਕ ਦੇ ਲਈ ਬੰਦ ਰਹਿਣਗੇ, ਪਰ ਉੱਥੇ ਰੋਜ਼ਾਨਾ ਦੀ ਜਿਹੜੀਆਂ ਮੂਰਤੀਆਂ ਦੀ ਜਾਂ ਕੋਈ ਧਾਰਮਿਕ ਕਿਤਾਬਾਂ ਦੀ ਜਾਂ ਕੋਈ ਜਿਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰਕਾਸ਼ ਹੁੰਦਾ ਹੈਗਾ, ਜਿਹੜੇ ਧਾਰਮਿਕ ਅਕੀਦੇ ਨਾਲ ਜੁੜੇ ਹੋਏ ਜਿਹੜੇ ਪੁਜਾਰੀ ਨੇ ਜਾਂ ਕੋਈ ਭਾਈ ਸਾਹਿਬ ਨੇ ਜਾਂ ਕੋਈ ਪਾਦਰੀ ਨੇ ਜਾਂ ਕੋਈ ਮੌਲਵੀ ਨੇ, ਉਹ ਆਪਦੀ ਡੇ ਟੂ ਡੇ ਜਿਹੜੀ ਹੈਗੀ ਹੈ ਉਹ ਅਕੀਦਤ ਪੇਸ਼ ਕਰ ਸਕਦੇ ਨੇ, ਪਰ ਲੋਕਾਂ ਦੇ ਲਈ ਧਾਰਮਿਕ ਸਥਾਨਾਂ 'ਤੇ ਜਾਣ ਦੀ ਮਨਾਹੀ ਹੈ। ਪਰ ਇਹ ਸਾਰਾ ਲੋਕਾਂ ਦੇ ਭਲੇ ਲਈ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਨੂੰ ਇਹ ਬਿਮਾਰੀ ਦਾ ਫੈਲਾਅ ਨਾ ਹੋਵੇ। ਫਿਰ ਉਸ ਤੋਂ ਇਲਾਵਾ ਜਿਹੜੇ ਬੱਸ ਅਤੇ ਵਹੀਕਲਸ ਨੇ ਉਹ ਅਲਾਊਡ ਨੇ। ਅਗਰ ਇੰਟਰ ਸਟੇਟ ਬੱਸ ਨੇ ਮੂਵ ਕਰਨਾ ਹੈ ਤਾਂ ਦੂਜੇ ਸਟੇਟ ਤੋਂ ਪ੍ਰਵਾਨਗੀ ਲੈ ਕੇ ਜਿਹੜਾ ਗਵਰਨਮੈਂਟ ਆਫ ਇੰਡੀਆ MHA ਦਾ SOP ਹੈ, ਸਟੈਂਡਰਡ ਓਪਰੇਟਿੰਗ ਪ੍ਰੋਸੀਜਰ, ਉਹਦੇ ਮੁਤਾਬਕ ਬੱਸਾਂ ਚੱਲ ਸਕਦੀਆਂ ਨੇ। ਇੰਟਰਾ ਸਟੇਟ ਮੂਵਮੈਂਟ ਵੀ ਜਿਹੜੀਆਂ SOP ਗਵਰਨਮੈਂਟ ਦੀ ਹੈਗੀ ਹੈ, ਸਟੈਂਡਰਡ ਓਪਰੇਟਿੰਗ ਪ੍ਰੋਸੀਜਰ MHA ਦਾ, ਉਹਦੇ ਮੁਤਾਬਕ ਚੱਲ ਸਕਦੀ ਹੈ। ਟੈਕਸੀ ਅਤੇ ਐਗਰੀਗੇਟਰ ਇਹ ਵੀ ਚੱਲ ਸਕਦੇ ਨੇ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਜਾਂ ਟਰਾਂਸਪੋਰਟ ਡਿਪਾਰਟਮੈਂਟ ਦੀਆਂ। ਬਾਈਸਾਈਕਲ, ਰਿਕਸ਼ਾ, ਆਟੋ ਰਿਕਸ਼ਾ ਅਲਾਊਡ ਸਬਜੈਕਟ ਟੂ ਦਾ ਕੰਪਲਾਇੰਸ ਔਫ ਦਾ SOP। ਟੂ ਵੀਲਰ ਇਹ ਵੀ ਅਲਾਊਡ ਹੈਗੇ ਨੇ, 4-wheeler ਹੈ ਇਹ ਵੀ ਅਲਾਊਡ ਨੇ। ਹੁਣ ਤੁਸੀਂ ਪੁੱਛੋਗੇ ਇਸ 'ਤੇ ਮੋਟਾ ਅਸੂਲ ਕੀ ਹੈ, ਥੰਬ ਰੂਲ ਜਿਹਨੂੰ ਆਪਾਂ ਕਹਿੰਦੇ ਹਾਂ, ਥੰਬ ਰੂਲ ਇਹ ਹੈ ਕਿ ਜਿੰਨੀ ਵਹੀਕਲ ਦੀ ਕਪੈਸਿਟੀ ਹੈ ਉਸ ਤੋਂ ਅੱਧੀ 'ਤੇ ਚੱਲਣਾ ਹੈਗਾ। ਜੇ 2-wheeler ਹੈ ਤਾਂ ਉਸ 'ਤੇ ਪਿਲੀਅਨ ਰਾਈਡਿੰਗ, ਮਤਲਬ ਪਿੱਛੇ ਨਹੀਂ ਕੋਈ ਬੈਠੂਗਾ, ਇਕੱਲਾ ਇੱਕ ਬੰਦਾ 2-wheeler ਨੂੰ ਚਲਾਊਗਾ। ਅਗਰ 4-wheeler ਹੈ ਤਾਂ ਉਹਦੇ ਵਿੱਚ ਇੱਕ ਡਰਾਈਵਰ ਅਤੇ 2 ਸਵਾਰੀਆਂ ਪਿਛਲੀ ਸੀਟ 'ਤੇ,
ਉਹ ਬਹਿ ਸਕਦੀਆਂ ਨੇ। ਅਗਰ 52 ਸੀਟਰ ਬੱਸ ਹੈ ਤਾਂ ਉਸ 'ਚ 30 ਬੰਦੇ ਬਹਿ ਸਕਦੇ ਨੇ, ਅਗਰ 40 ਸੀਟਰ ਬੱਸ ਹੈ ਤਾਂ ਉਸ 'ਚ 20 ਬੰਦੇ ਬਹਿ ਸਕਦੇ ਆ, ਭਾਵ 50% ਕਪੈਸਿਟੀ 'ਤੇ ਚੱਲਣਗੇ। ਇਹਦੇ ਲਈ ਕੋਈ ਕਰਫਿਊ ਪਾਸ ਦੀ ਸੁਬਹਾ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਲੋੜ ਨਹੀਂ ਹੈਗੀ। ਸਪੋਰਟਸ ਕੰਪਲੈਕਸ ਔਰ ਸਟੇਡੀਆ ਇਹ ਖੁੱਲ੍ਹ ਸਕਦੇ ਨੇ, ਬੰਦੇ ਇੱਥੇ ਆ ਕੇ ਖੇਡ ਸਕਦੇ ਨੇ, ਸੈਰ ਕਰ ਸਕਦੇ ਨੇ। ਭੀੜ ਭੜੱਕਾ ਨਹੀਂ ਕਰਨਾ, ਸੋਸ਼ਲ ਡਿਸਟੈਂਸਿੰਗ ਰੱਖਣੀ ਹੈ, ਪਰ ਸਪੈਕਟੇਟਰਸ ਭਾਵ ਦਰਸ਼ਕਾਂ ਦੀ ਭੀੜ ਲਾਉਣ ਦੀ ਮਨਾਹੀ ਹੈਗੀ ਹੈ। ਇਸ ਤਰ੍ਹਾਂ ਕੋਈ ਪੇਂਡੂ ਖੇਡ ਮੇਲੇ ਵਗੈਰਾ ਕੋਈ ਨਹੀਂ ਕਰਾਏਗਾ, ਕਿਉਂਕਿ ਉਸ 'ਚ ਸਪੈਕਟੇਟਰ ਜਾਂ ਦਰਸ਼ਕ ਆਉਂਦੇ ਨੇ। ਇਸ ਤੋਂ ਇਲਾਵਾ ਸ਼ਹਿਰੀ ਖੇਤਰ ਦੇ ਜਿਹੜੇ ਭੀੜ ਵਾਲੀਆਂ ਰੇਹੜੀਆਂ ਜਾਂ ਕੋਈ ਮਾਰਕੀਟ ਐਸੋਸੀਏਸ਼ਨ ਬਹੁਤ ਭੀੜੀਆਂ ਦੁਕਾਨਾਂ ਨੇ, ਉੱਥੇ SDM, DSP, ACP, ASP ਇਹ ਇਹਨਾਂ ਦੀ ਸਹਿਮਤੀ ਦੇ ਨਾਲ ਔਡ ਈਵਨ ਜਾਂ ਇਹਦੀ ਸਟੈਗਰਿੰਗ ਕਰਕੇ ਉੱਥੇ ਭੀੜ ਘਟਾਉਣ ਦੀ ਕੋਸ਼ਿਸ਼ ਕਰਨਗੇ, ਪਰ ਇਹ ਮਾਰਕੀਟ ਦੀ ਸਹਿਮਤੀ ਨਾਲ ਹੋਏਗਾ। ਵਾਲ ਕੱਟਣ ਵਾਲੀਆਂ ਦੁਕਾਨਾਂ ਦੇ ਸੈਲੂਨ ਬਾਰੇ ਬੜੇ ਦਿਨਾਂ ਤੋਂ ਲੋਕ ਪੁੱਛ ਰਹੇ ਸੀ ਵੀ ਕੀ ਹੈ। ਸਵੇਰੇ 7 ਵਜੇ 7 AM to 6 PM ਇਹਨਾਂ ਨੂੰ ਖੋਲ੍ਹਣ ਦੀ ਆਗਿਆ ਹੈਗੀ ਹੈ, ਪਰ ਹੈਲਥ ਵਿਭਾਗ ਵੱਲੋਂ ਜੋ ਵੀ ਇੰਸਟਰਕਸ਼ਨਾਂ ਨੇ, ਵਾਰ ਵਾਰ ਸੈਨੇਟਾਈਜ਼ ਕਰਨਾ, ਹੱਥ ਧੋਣੇ, ਮੂੰਹ 'ਤੇ ਮਾਸਕ ਪਾ ਕੇ ਸਾਰਾ ਕੰਮ ਕਰਨਾ, ਇਹ ਸਾਰਾ ਆਪਾਂ ਧਿਆਨ ਰੱਖਣਾ ਹੈਗਾ, ਔਰ ਬਹੁਤ ਹੀ ਜ਼ਿਆਦਾ ਲੋੜ ਪੈਣ 'ਤੇ ਇਹਨਾਂ ਥਾਵਾਂ 'ਤੇ ਜਾਣਾ। ਇਸ ਤੋਂ ਇਲਾਵਾ ਉਸਾਰੀ ਅਤੇ ਖੇਤੀਬਾੜੀ ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ, ਇਹਦੇ 'ਤੇ ਕੋਈ ਮਨਾਹੀ ਨਹੀਂ, ਇਹਨੂੰ ਬਿਲਕੁਲ ਆਮ ਵਾਂਗ ਕੀਤਾ ਜਾ ਸਕਦਾ ਹੈ। 65 ਸਾਲ ਤੋਂ ਉੱਪਰ ਦੇ ਵਿਅਕਤੀ ਜਾਂ ਜਿਨ੍ਹਾਂ ਨੂੰ ਕੋਮੋਰਬਿਡ ਬਿਮਾਰੀਆਂ ਨੇ, ਜਿਵੇਂ ਕਿ ਕਿਸੇ ਨੂੰ ਸ਼ੂਗਰ ਹੈ ਜਾਂ ਬਹੁਤ ਹੀ ਕੋਈ ਕਿਡਨੀ ਦੀ ਬਿਮਾਰੀ ਹੈ, ਪਹਿਲਾਂ ਹੀ ਪ੍ਰੀ ਡਿਸਪੋਜ਼ਡ ਹੈ ਹੋਰ ਬਿਮਾਰੀਆਂ ਦੇ ਨਾਲ, ਗਰਭਵਤੀ ਮਹਿਲਾਵਾਂ ਨੇ ਅਤੇ ਬੱਚੇ ਨੇ 10 ਸਾਲ ਤੋਂ ਛੋਟੇ, ਉਹ ਘਰੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਹੁਕਮ ਵੀ ਦਿੱਤਾ ਜਾਂਦਾ ਹੈ। ਜਦ ਤੱਕ ਕਿ ਬਹੁਤ ਹੀ ਜ਼ਿਆਦਾ ਕੋਈ ਅਸੈਂਸ਼ੀਅਲ ਕੰਮ ਭਾਵ ਕੋਈ ਮੈਡੀਕਲ ਸੇਵਾ ਜਾਂ ਕੋਈ ਬਹੁਤ ਐਸਾ ਨਾ ਟਾਲਣੀ ਉਹ ਕੰਮ ਹੋਵੇ, ਉਹਦੇ ਲਈ ਬਾਹਰ ਆ ਸਕਦੇ ਨੇ। ਸਰਕਾਰੀ, ਅਰਧ ਸਰਕਾਰੀ ਅਤੇ ਜਿਹੜੇ ਔਨ ਡਿਊਟੀ ਕਰਮਚਾਰੀ ਨੇ, ਸੈਂਟਰਲ ਗਵਰਨਮੈਂਟ ਦੇ, ਸਟੇਟ ਗਵਰਨਮੈਂਟ ਦੇ, ਸੈਮੀ ਗਵਰਨਮੈਂਟ ਦੇ, ਆਰਮੀ ਦੇ, ਪੁਲਿਸ ਦੇ, ਪੈਰਾਮੈਡੀਕਲ ਜਿਹੜਾ ਸਾਡਾ ਫੋਰਸਿਸ ਨੇ, ਇਹ ਸਾਰੇ ਜਿਹੜੇ ਹੈਗੇ ਨੇ ਇਹ ਆਪਦੀ ਡਿਊਟੀ 'ਤੇ ਆਮ ਵਾਂਗ ਆ ਸਕਦੇ ਨੇ। ਇਹਨਾਂ ਦੇ ਦਫ਼ਤਰ ਦੇ ਜੋ ਨਿਯਮ ਨੇ, ਕਿੰਨਾ ਪਰਸੈਂਟ ਸਟਾਫ ਨੇ ਆਉਣਾ, ਉਹ ਉੱਦਾਂ ਆਉਂਦੇ ਰਹਿਣਗੇ। ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਡਾਕਟਰ ਅਤੇ ਮੈਡੀਕਲ ਸਟਾਫ ਹੈ, ਇਹਨਾਂ ਦੀ 24 ਘੰਟੇ ਮੂਵਮੈਂਟ 'ਤੇ ਕੋਈ ਮਨਾਹੀ ਨਹੀਂ ਹੈਗੀ, ਐਂਬੂਲੈਂਸ ਵੀ ਮੂਵ ਕਰ ਸਕਦੀ ਹੈ। ਜਿੰਨੇ ਵੀ ਸਾਡੇ ਟਰੱਕ ਨੇ, ਜਿੰਨੇ ਵੀ ਗੁੱਡਸ ਕੈਰੀਅਰ ਨੇ, ਟੈਂਪੋ ਨੇ, ਕੋਈ ਸਮਾਨ ਢੋਂਦੇ ਨੇ ਚਾਹੇ ਖਾਲੀ ਹੈ ਭਰੇ, ਇਹਨਾਂ ਨੂੰ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਜਾਂ ਪੂਰੇ ਪੰਜਾਬ 'ਚ ਕਿਤੇ ਕੋਈ ਪਾਸ ਦੀ ਲੋੜ ਨਹੀਂ ਹੈਗੀ। ਜਿਹੜੇ ਵੀ ਕੋਈ ਵਪਾਰੀ ਵੀਰ ਨੇ ਕੋਈ ਸਮਾਨ ਭੇਜਣਾ, ਉਹ ਭੇਜ ਸਕਦਾ। ਇਸ ਤੋਂ ਇਲਾਵਾ ਜਿਹੜੀਆਂ ਮੈਂ ਗਤੀਵਿਧੀਆਂ ਦੱਸਿਆ ਕਿ ਮਨਾਹੀ ਯੋਗ ਨੇ, ਔਰ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ 'ਤੇ ਜਲੰਧਰ ਜ਼ਿਲ੍ਹੇ ਦੀ ਹਦੂਦ ਅੰਦਰ ਸਾਰੇ ਉਦਯੋਗ, ਸਾਰੀਆਂ ਦੁਕਾਨਾਂ, ਸਾਰੇ ਵਪਾਰਕ ਅਦਾਰੇ, ਸਾਰੇ ਪ੍ਰਾਈਵੇਟ ਅਤੇ ਸਰਕਾਰੀ ਦਫ਼ਤਰ ਅਤੇ ਹੋਰ ਗਤੀਵਿਧੀਆਂ 7 AM ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਆਮ ਵਾਂਗ ਚੱਲਣ ਦੀ ਆਗਿਆ ਹੋਏਗੀ, ਪ੍ਰੋਵਾਈਡਡ ਕਿ ਕੋਵਿਡ ਸੰਬੰਧੀ ਜਿਹੜੀਆਂ ਵੀ ਹਦਾਇਤਾਂ ਨੇ ਅਤੇ ਸੋਸ਼ਲ ਡਿਸਟੈਂਸਿੰਗ ਹੈ ਉਹਦਾ ਆਪਸ 'ਚ ਇਹ ਧਿਆਨ ਰੱਖਣਗੇ। ਜਿਹੜਾ ਵੀ ਕੋਈ ਵਿਅਕਤੀ ਬਾਹਰ ਆਏਗਾ ਉਹਨੂੰ ਮਾਸਕ ਪਹਿਨਣੀ ਜ਼ਰੂਰੀ ਹੋਵੇਗੀ, ਨਹੀਂ ਤਾਂ ਜੁਰਮਾਨਾ ਹੋਵੇਗਾ ਜੇ ਨਹੀਂ ਪਹਿਨਦਾ। ਪਬਲਿਕ ਥਾਵਾਂ 'ਤੇ ਥੁੱਕਣ ਦੀ ਮਨਾਹੀ ਹੋਵੇਗੀ ਅਤੇ ਜਿੰਨੇ ਵੀ ਵਹੀਕਲ ਨੇ ਉਹ 50% ਕਪੈਸਿਟੀ 'ਤੇ ਚੱਲਣਗੇ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਗੇ। ਹੁਣ ਤੁਸੀਂ ਪੁੱਛੋਗੇ ਵੀ ਕੰਟੇਨਮੈਂਟ ਜ਼ੋਨ ਕੀ ਨੇ। ਸਿਵਲ ਸਰਜਨ ਸਾਹਿਬ ਅਤੇ ਐਪੀਡੋਮੋਲੋਜਿਸਟ ਅਤੇ ਹੈਲਥ ਡਿਪਾਰਟਮੈਂਟ, ਕਿਉਂਕਿ DC ਨੂੰ ਨਹੀਂ ਪਤਾ ਵੀ ਕਿਹੜਾ ਕੰਟੇਨਮੈਂਟ ਜ਼ੋਨ ਹੈ, ਉਹ ਸਾਨੂੰ ਇੱਕ ਲਿਸਟ ਦਿੰਦੇ ਆ। ਜਿਹੜੀ ਲਾਸਟ ਲਿਸਟ ਸਾਡੇ ਕੋਲ ਆਈ ਹੈ ਉਹ 16 ਤਰੀਕ ਨੂੰ ਆਈ ਹੈ। ਇਹਦੇ 'ਚ ਕੰਟੇਨਮੈਂਟ ਜ਼ੋਨ 'ਚ ਕਿਹੜੇ ਕਿਹੜੇ ਪਏ ਨੇ, ਪਿਛਲੇ ਜਿਹੜੇ 28 ਦਿਨਾਂ 'ਚ ਕੇਸ ਆਏ ਨੇ ਉਹਦੇ ਹਿਸਾਬ ਨਾਲ, ਰਾਜਾ ਗਾਰਡਨ ਬਸਤੀ ਦਾਨਿਸ਼ਮੰਦਾ, ਸ਼੍ਰੀ ਗੁਰੂ ਰਵਿਦਾਸ ਨਗਰ ਬਸਤੀ ਦਾਨਿਸ਼ਮੰਦਾ, ਨਿਊ ਰਸੀਲਾ ਨਗਰ ਬਸਤੀ ਦਾਨਿਸ਼ਮੰਦਾ, ਸ਼ਿਵਾਜੀ ਨਗਰ ਬਸਤੀ ਦਾਨਿਸ਼ਮੰਦਾ, ਬੇਗਮਪੁਰਾ ਅਤੇ ਸੁਰਜੀਤ ਨਗਰ ਬਸਤੀ ਦਾਨਿਸ਼ਮੰਦਾ, ਬਸਤੀ ਸ਼ੇਖ, ਬਸਤੀ ਗੁਜਾ, ਨਿਊ ਗੋਬਿੰਦ ਨਗਰ, ਤੇਜ ਮੋਹਨ ਨਗਰ, ਇਸ ਤੋਂ ਇਲਾਵਾ ਕਾਜੀ ਮੁਹੱਲਾ, ਕਿਲਾ ਮੁਹੱਲਾ, ਰਸਤਾ ਮੁਹੱਲਾ, ਭੈਰੋ ਬਾਜ਼ਾਰ, ਲਾਲ ਬਾਜ਼ਾਰ, ਜੱਟਪੁਰਾ, ਪੁਰਾਣੀ ਸਬਜ਼ੀ ਮੰਡੀ, ਬਸੰਤ ਨਗਰ, ਨਿਊ ਗੋਬਿੰਦ ਨਗਰ, ਅਮਨ ਨਗਰ, ਇਹ ਹੁਣ ਅੱਜ ਦੀ ਡੇਟ 'ਚ ਕੰਟੇਨਮੈਂਟ ਜ਼ੋਨ ਨੇ। ਬਟ ਇਹ ਇੱਕ ਇਵੋਲਵਿੰਗ ਪ੍ਰੋਸੈਸ ਹੈ, ਅਸੀਂ ਹੋਰ 1-2 ਦਿਨਾਂ ਦੇ ਅੰਦਰ ਸਿਵਲ ਸਰਜਨ ਤੋਂ ਰਿਪੋਰਟ ਲੈ ਕੇ ਅਗਰ ਇਸ 'ਚ ਕੋਈ ਬਦਲਾਅ ਦੀ ਲੋੜ ਹੋਏਗੀ, ਤੁਸੀਂ ਧੀਰਜ ਨਾ ਹਾਰੋ, ਅਸੀਂ ਉਹ ਵੀ ਜਿਹੜੀ ਹੈਗੀ ਅਗਰ ਲੋੜ ਪਈ ਤਾਂ ਉਹਨੂੰ ਚੇਂਜ ਕਰਾਂਗੇ। ਗਵਰਨਮੈਂਟ ਦੇ ਪ੍ਰਾਈਵੇਟ ਆਫਿਸ ਜਿਹੜੇ 7 AM to 6 PM ਮੈਂ ਕਿਹਾ, ਪਰ ਜਿਹੜੇ ਵੀ ਕੋਈ ਦਫ਼ਤਰ ਦਾ 9 to 5 time ਹੈ ਜਾਂ 10 to 4 time ਹੈ, ਉਹ ਉਸ ਦਫ਼ਤਰ ਦੀ ਮਰਜ਼ੀ ਹੋਊਗੀ ਕਿ ਉਹਨੇ ਕਿੰਨੇ ਵਜੇ ਤੱਕ ਖੋਲ੍ਹਣਾ। ਇਹਦੇ 'ਚ 2 ਗੱਲਾਂ ਮੈਂ ਬੜੀਆਂ ਸਪਸ਼ਟ ਕਰ ਦਿੰਦਾ। ਦਫ਼ਤਰਾਂ ਦੇ ਵਿੱਚ ਬੈਂਕ ਵੀ ਆਉਂਦੇ ਨੇ, ਜਿਹੜੇ ਬੈਂਕ ਨੇ, ਕਿਉਂਕਿ ਪੁਰਾਣੇ ਆਰਡਰ ਸਾਰੇ ਨਸ਼ਟ ਹੋ ਗਏ, ਬੈਂਕ ਅੱਜ ਤੋਂ ਬਾਅਦ ਨੋਰਮਲ
ਆਪਦਾ ਜਿਹੜਾ ਟਾਈਮ ਪੀਰੀਅਡ ਹੈ ਉਹਦੇ ਮੁਤਾਬਕ ਖੁੱਲਣਗੇ, ਭਾਵ ਜੋ ਵੀ ਇਹਨਾਂ ਦਾ ਕੋਈ 10 ਤੋਂ 5 ਦਾ ਟਾਈਮ ਹੈਗਾ, ਜਿੰਨਾ ਪਬਲਿਕ ਆਰਜ਼ ਹੈਗੇ ਨੇ ਉਹ ਬੈਂਕ ਆਮ ਜਾਂ ਜਿਹੜੀਆਂ ਫਾਈਨੈਂਸ ਕੰਪਨੀਜ਼ ਹੈਗੀਆਂ ਨੇ ਉਹ ਵੀ ਆਮ ਵਾਂਗ ਖੁੱਲਣਗੀਆਂ, ਪਰ ਇਹ ਸੋਸ਼ਲ ਡਿਸਟੈਂਸਿੰਗ ਤੇ ਗੋਲੇ ਮਾਰਨ ਦਾ ਧਿਆਨ ਰੱਖਣਗੇ। ਦੂਜੀ, ਕਿਉਂਕਿ ਜਲੰਧਰ ਹੱਬ ਹੈਗਾ ਆਈਲਸ ਸੈਂਟਰਾਂ ਦਾ, ਤੇ ਜਿਹੜੇ ਬਾਹਰ ਬੱਚੇ ਜਾਂਦੇ ਨੇ ਉਹ ਸਾਡੇ ਟਰੈਵਲ ਏਜੰਟ ਹੈਗੇ ਨੇ, ਉਹ ਵੀ ਬੜੇ ਸਵਾਲ ਆ ਰਹੇ ਆ ਵੀ ਖੁੱਲ ਸਕਦੇ ਆ ਕਿ ਨਹੀਂ ਖੁੱਲ ਸਕਦੇ। ਇਹਨਾਂ ਦੇ ਜਿਹੜੇ ਬੈਕਐਂਡ ਦਫ਼ਤਰ ਹੈ, ਕੋਈ ਤਨਖਾਹ ਦੇਣ ਲਈ, ਕੋਈ ਹੋਰ ਵੀਜ਼ਾ ਪ੍ਰੋਸੈਸਿੰਗ ਲਈ, ਉਹ ਆਪਦੇ ਘੱਟ ਸਟਾਫ ਦੇ ਨਾਲ ਖੁੱਲ ਸਕਦੇ ਆ, ਪਰ ਉੱਥੇ ਸਟੂਡੈਂਟਸ ਨੂੰ ਬੁਲਾ ਕੇ ਕੋਈ ਕਲਾਸਾਂ ਲਾ ਕੇ ਕੋਈ ਆਈਲੈਟ ਦੀ ਕੋਚਿੰਗ ਦੇਣ 'ਤੇ ਮਨਾਹੀ ਹੈ। ਔਨਲਾਈਨ ਕੋਚਿੰਗ ਦਿੱਤੀ ਜਾ ਸਕਦੀ ਹੈ, ਜੇ ਕਿਸੇ ਨੇ ਉੱਥੇ ਕਲਾਸਾਂ ਲਾਈਆਂ ਤਾਂ ਉਹਦੇ 'ਤੇ ਕਾਰਵਾਈ ਹੋਏਗੀ। ਇਸ ਤੋਂ ਇਲਾਵਾ ਸਰਕਾਰ ਦੇ ਵੱਖ ਵੱਖ ਡਿਪਾਰਟਮੈਂਟਾਂ ਵੱਲੋਂ ਐਡਵਾਈਜ਼ਰੀ ਜਾਰੀ ਹੋਈਆਂ ਨੇ, ਉਹ ਬੈਂਕਾਂ ਬਾਰੇ ਵੀ ਹੈਗੀ ਹੈ, ਦਫ਼ਤਰਾਂ ਬਾਰੇ ਵੀ ਹੈਗੀ ਹੈ, ਏਅਰ ਕੰਡੀਸ਼ਨਰਾਂ ਦੇ ਪ੍ਰਯੋਗ ਬਾਰੇ ਵੀ ਹੈਗੀ ਹੈ, ਇੰਡਸਟਰੀ ਵਾਲੇ ਵੀਰਾਂ ਨੂੰ ਵੀ ਐਡਵਾਈਜ਼ਰੀ ਹੋਈ ਵੀ ਹੈ, ਨਰੇਗਾ ਦੇ ਕੰਮ ਕਿੱਦਾਂ ਕਰਨੇ ਹੈ, ਸ਼ੋਪਸ ਜਿਹੜੀਆਂ ਦੁਕਾਨਾਂ ਨੇ ਉਹਨਾਂ 'ਤੇ ਕੰਮ ਕਿੱਦਾਂ ਕਰਨਾ ਹੈ, ਪੈਟਰੋਲ ਪੰਪ ਕਿੱਦਾਂ ਕਰਨੇ ਹੈ, ਸੀਨੀਅਰ ਸਿਟੀਜ਼ਨ ਨੇ ਆਪਦੀ ਸਿਹਤ ਦਾ ਕਿਵੇਂ ਧਿਆਨ ਰੱਖਣਾ ਹੈ, ਟਰਾਂਸਪੋਰਟ ਆਫ ਦਾ ਬੱਸਿਸ ਕਿਵੇਂ ਕਰਨਾ ਹੈ, ਫੂਡ ਦੀ ਸੇਫਟੀ ਕਿਵੇਂ ਕਰਨੀ ਹੈਗੀ ਹੈ, ਇੰਟਰ ਸਟੇਟ ਮੂਵਮੈਂਟ ਕਿਵੇਂ ਹੈ, ਹੋਟਲਸ ਵਗੈਰਾ ਜਿਹੜੇ ਕੁਆਰੰਟਾਈਨ ਲਈ NRI ਵੀਰਾਂ ਲਈ ਦਿੱਤੇ, ਇਹ ਸਾਰਾ ਕੁਛ ਇਨ ਬਿਨ ਪਾਲਣਾ ਯਕੀਨੀ ਬਣਾਉਣ ਦੀ ਜਿਹੜੀ ਹੈਗੀ ਹੈ ਆਮ ਨਾਗਰਿਕਾਂ ਦੀ ਜ਼ਿੰਮੇਵਾਰੀ ਹੋਏਗੀ, ਔਰ ਜੋ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ ਉਹ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਔਰ IPC ਦੀਆਂ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਤਹਿਤ ਬਣਦੀ ਕਾਰਵਾਈ ਹੈ ਜਿਹੜੀ ਕੀਤੀ ਜਾਵੇਗੀ। ਹੁਣ ਅਖੀਰ 'ਚ ਆ ਕੇ ਇਹ ਤਾਂ ਰਹਿ ਗਏ 4 ਪੰਨੇ, ਇਹ 4 ਪੰਨਿਆਂ ਦੇ ਨਾਲ ਹੀ ਕਰਫਿਊ ਲੱਗਿਆ ਸੀ, ਇਹ 4 ਪੰਨਿਆਂ ਦੇ ਨਾਲ ਹੀ ਕਰਫਿਊ ਹਟਿਆ, ਅੱਜ ਤੋਂ ਬਾਅਦ ਅਸੀਂ ਲੋਕਡਾਊਨ 'ਚ ਐਂਟਰ ਕਰ ਰਹੇ ਹਾਂ। ਹੁਣ ਜਲੰਧਰ ਵਾਸੀ 25 ਲੱਖ ਲੋਕ, ਮੈਂ ਪਹਿਲੇ ਦਿਨ ਤੋਂ ਕਹਿੰਦਾ ਆਇਆ ਕਿ ਸਾਡਾ ਪਰਿਵਾਰ ਹੈ, ਮੈਂ ਉਹਨਾਂ ਦੇ ਨਾਲ 2 ਮਿੰਟ ਗੱਲਾਂ ਇਹ ਕਰਨੀਆਂ ਨੇ। ਦੇਖੋ ਇਹ ਕਾਗਜ਼ ਹੈ, ਇਹ ਇੱਕ ਇੰਸਟੀਟਿਊਸ਼ਨ ਹੈ, DC ਦੀ ਹੈ, MHA ਦੀਆਂ ਹਦਾਇਤਾਂ ਮੁਤਾਬਕ ਮੈਂ ਸਾਈਨ ਕਰਤਾ, ਇਹ ਹੋ ਗਿਆ, ਕਰਫਿਊ ਲੱਗ ਗਿਆ, ਕਰਫਿਊ ਹਟ ਗਿਆ, ਅੱਜ ਲੋਕਡਾਊਨ ਦੀਆਂ ਹਦਾਇਤਾਂ ਆ ਗਈਆਂ। ਪਰੰਤੂ ਜਿਹੜੀ ਇਹ ਹਵਾ ਹੈਗੀ ਹੈ, ਇਹ ਇੱਕ ਬਾਇਓਲੋਜੀਕਲ ਚੀਜ਼ ਹੈਗੀ ਹੈ, ਮਤਲਬ ਇੱਕ ਜਿਉਂਦੀ ਜਾਗਦੀ ਚੀਜ਼ ਹੈ, ਕਰੋਨਾ ਜਿਹੜਾ ਵਾਇਰਸ ਹੈ ਇਹ ਹਵਾ 'ਚ ਮੌਜੂਦ ਹੈ, ਕੁਛ ਕੈਰੀਅਰ ਇਹਦੇ ਆਪਣਾ ਸੁਭਾਗ ਹੈ ਕਿ ਪੰਜਾਬ ਅਤੇ ਇੰਡੀਆ ਦੇ ਵਿੱਚ ਉਹਨਾਂ 'ਚ ਲੱਛਣ ਘੱਟ ਆ ਰਹੇ ਆ, ਹਰ ਦੇਸ਼ 'ਚ ਇਹਦਾ ਬਿਹੇਵੀਅਰ ਅੱਡ ਹੈ। ਸੋ ਇਸ ਕਰਕੇ ਇਸ ਕਾਗਜ਼ ਦੇ ਸਾਈਨ ਹੋਣ ਨਾਲ ਆਪਾਂ ਇਹ ਨਹੀਂ ਸਮਝ ਲੈਣਾ ਕਿ ਖਤਰਾ ਹਟ ਗਿਆ। ਸਰਕਾਰ ਨੇ, ਕੋਈ ਸਰਕਾਰ ਇਹ ਨਹੀਂ ਚਾਹੁੰਦੀ ਕਿ ਉਹਦਾ GDP ਬੰਦ ਹੋਵੇ, ਉਦਯੋਗ ਬੰਦ ਹੋਣ, ਟੈਕਸ ਬੰਦ ਹੋਣ, ਲੋਕਾਂ ਦਾ ਅਰਥਚਾਰਾ ਬੰਦ ਹੋਵੇ, ਕਿਉਂਕਿ ਸਰਕਾਰਾਂ ਇਸੇ ਨਾਲ ਹੀ ਚੱਲਦੀਆਂ ਨੇ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ, PM ਸਾਹਿਬ ਨੇ Day 1 ਤੋਂ ਤੁਹਾਨੂੰ ਸਮਝਾਇਆ, ਇਹ ਹਿਸਟੋਰੀਕ ਹੈ ਕਿ ਕਿਸੇ DC ਦੇ ਆਰਡਰਾਂ ਨਾਲ 56 ਦਿਨ ਤੱਕ ਕਰਫਿਊ ਲੱਗਿਆ ਰਿਹਾ ਹੋਵੇ ਲਗਾਤਾਰਤਾ 'ਚ। ਹੁਣ ਇਹ 56 ਦਿਨਾਂ 'ਚ, ਮੈਨੂੰ ਯਾਦ ਹੈ 15-16 ਮਾਰਚ ਤੱਕ ਸਾਡੇ ਆਫਿਸਰ ਜਦੋਂ ਆਉਂਦੇ, ਅਸੀਂ ਹੱਥ ਮਿਲਾਉਂਦੇ ਹੋਏ, ਸਮਝਦੇ ਕਿ ਹੱਥ ਨਾ ਮਿਲਾਉਣਾ, ਕਈ ਵਾਰੀ ਹੱਸੀ ਵੀ ਆ ਜਾਂਦੀ ਕਿ ਵਾਕਈ ਆਪਾਂ ਹੱਥ ਮਿਲਾਉਣਾ ਕਿ ਨਹੀਂ ਮਿਲਾਉਣਾ, ਪਰ ਇਹ ਹੁਣ ਸਾਡੇ ਜ਼ਿਹਨ 'ਚ ਬਹਿ ਗਿਆ ਕਿ ਹੱਥ ਨਹੀਂ ਮਿਲਾਉਣਾ, ਆਪਸ 'ਚ ਦੂਰੀ ਰੱਖਣੀ ਆ। ਦੇਖੋ ਤੁਸੀਂ ਹੁਣ ਮੈਂ ਸੰਬੋਧਨ ਕਰਦੇ ਹੋਏ ਵੀ ਆ ਮਾਸਕ ਲਾਈ ਬੈਠਾ ਹੈਗਾ। ਸੋ ਤੁਸੀਂ ਦੇਖੋ ਇਹ ਚੀਜ਼ਾਂ ਦਾ ਪਾਲਣ ਕਰਨਾ, ਇਹ ਜਿਹੜਾ ਹਦਾਇਤਾਂ ਜ਼ਰੂਰ ਚੇਂਜ ਹੋ ਗਈਆਂ ਪਰ ਵਾਇਰਸ ਦਾ ਖਤਰਾ ਉਨਾ ਹੀ ਖੜਿਆ ਹੈ। ਤੁਸੀਂ ਵਿਦੇਸ਼ਾਂ ਦੀ ਐਗਜ਼ਾਮਪਲ ਦੇਖ ਲਈ, ਅਮਰੀਕਾ ਦੀ ਦੇਖ ਲਈ, ਫਰਾਂਸ ਦੀ ਦੇਖ ਲਈ, ਇਟਲੀ ਦੀ ਦੇਖ ਲਈ, UK ਦੀ ਦੇਖ ਲਈ, ਚਾਈਨਾ ਦੀ ਦੇਖ ਲਈ, ਹੁਣ ਆਪਣੇ ਹਿੰਦੁਸਤਾਨ ਦੇ ਵਿੱਚ ਆ ਜਾਓ। ਸਭ ਤੋਂ ਅਮੀਰ ਸ਼ਹਿਰ ਸੂਰਤ ਦੇਖ ਲਓ, ਅਹਿਮਦਾਬਾਦ ਦੇਖ ਲਓ, ਇੰਦੌਰ ਦੇਖ ਲਓ, ਬੰਬੇ ਦੇਖ ਲਓ, ਚੇਨਈ ਦੇਖ ਲਓ, ਇਹਨਾਂ ਸ਼ਹਿਰਾਂ ਦਾ ਕੀ ਹਾਲ ਹੋਇਆ ਰੋਜ਼ ਤੁਸੀਂ TV 'ਤੇ ਦੇਖਦੇ ਹੋ। ਆਪਾਂ ਜਲੰਧਰ ਦੇ ਵਿੱਚ, ਭਾਵਾਂ ਕਿ ਸ਼ੁਰੂ 'ਚ ਗ੍ਰਾਫ ਬੜੀ ਤੇਜ਼ੀ ਨਾਲ ਵਧਿਆ, ਪਰ ਆਪਾਂ ਧੰਮਲ ਦੇ ਨਾਲ ਇਹਨੂੰ ਬੜਾ ਕੰਟਰੋਲ 'ਚ ਲੈ ਕੇ ਆਏ ਹਾਂ। ਆਪਾਂ ਆਪਣਾ ਅਰਥਚਾਰਾ ਚਲਾਉਣਾ, ਤੁਹਾਡੀਆਂ ਦੁਕਾਨਾਂ ਵੀ ਚੱਲਣੀਆਂ ਚਾਹੀਦੀਆਂ, ਫੈਕਟਰੀਆਂ ਦੀਆਂ ਚਿਮਲੀਆਂ 'ਚੋਂ ਵੀ ਧੂੰਆਂ ਨਿਕਲਣਾ ਚਾਹੀਦਾ, ਮਜ਼ਦੂਰਾਂ ਨੂੰ ਵੀ ਰੁਜ਼ਗਾਰ ਮਿਲਣਾ ਚਾਹੀਦਾ, ਬਟ ਐਟ ਦਾ ਸੇਮ ਟਾਈਮ ਆਪਾਂ ਅਵਿਸਲੇ ਨਹੀਂ ਹੋਣਾ। ਸਰਕਾਰ ਜਿਹੜੀ ਹੈਗੀ ਹੈ ਹਰ ਬੰਦੇ ਦੇ ਸਿਰ 'ਤੇ ਡੰਡਾ ਲੈ ਕੇ ਨਹੀਂ ਖੜਾ ਹੋ ਸਕਦੀ। 56 ਦਿਨ ਸਰਕਾਰ ਡੰਡਾ ਲੈ ਕੇ ਖੜੀ ਹੋਈ ਤਾਂ ਦੇਖੋ ਤੁਸੀਂ ਆਪ ਹੀ ਕਹਿਣ ਲੱਗੇ ਵੀ ਅੱਜ ਕਰੋਕਰੀ ਖੋਲ੍ਹ ਦਿਓ ਜੀ, ਅੱਜ ਕੱਪੜੇ ਖੋਲ੍ਹ ਦਿਓ ਜੀ, ਅੱਜ ਬੂਟ ਖੋਲ੍ਹ ਦਿਓ। ਜੈਨੂਇਨਲੀ ਸੋ, ਕਿਉਂਕਿ ਇਹ ਚੀਜ਼ਾਂ ਦੀ ਲੋੜ ਹੈ ਸਾਰਿਆਂ ਨੂੰ, ਰੁਜ਼ਗਾਰ ਦੀ ਵੀ ਲੋੜ ਹੈ, ਪਰ ਅੱਜ ਤੋਂ ਜਿਹੜੀ ਬਾਗਡੋਰ ਹੈਗੀ ਉਹ ਤੁਹਾਡੇ ਹੱਥ ਹੈ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ, ਸਿਹਤ ਮੰਤਰਾਲੇ ਨੇ, PM ਸਾਹਿਬ ਨੇ, ਸਾਰਿਆਂ ਨੇ ਕੁੱਟ ਕੁੱਟ ਕੇ ਇਹ ਗੱਲ ਤੁਹਾਡੇ ਜ਼ਿਹਨ 'ਚ ਭਰ ਦਿੱਤੀ ਹੈਗੀ ਹੈ ਕਿ ਵੀ ਆਪਾਂ ਇਸ ਚੀਜ਼ ਦਾ ਨਿਰਵਾਨ ਕਰਨਾ, ਆਪਣਾ ਧਿਆਨ ਆਪ ਰੱਖਣਾ, ਹੁਣ ਇਹ ਡੋਰ ਤੁਹਾਡੇ ਹੱਥ ਹੈਗੀ ਹੈ। ਮੈਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਇੱਕ ਲੇਖ ਯਾਦ ਆਉਂਦਾ, ਉਹ ਇਹ ਕਹਿੰਦੇ ਆ ਵੀ ਜਾਨ ਬੰਦੇ ਨੂੰ ਐਡੀ ਪਿਆਰੀ ਹੁੰਦੀ ਹੈ ਵੀ ਜਦੋਂ ਇੱਕ ਕੀੜੀ ਦੀ ਜੂਨ, ਆਪਾਂ ਕੀ ਸਮਝਦੇ ਹਾਂ ਵੀ ਕੀ ਕੀੜੀ ਦੀ ਜੂਨ ਹੋਊਗੀ, ਛੋਟੀ ਜਿਹੀ ਹੁੰਦੀ ਹੈ, ਜਦੋਂ ਤੁਸੀਂ ਘਰੇ ਕਦੇ ਮਾਰਨ ਦੀ ਕੋਸ਼ਿਸ਼ ਕਰੋ, ਜਦੋਂ ਤੁਸੀਂ ਕੀੜੀ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋ ਉਹ ਭੱਜ ਦੌੜ ਕਰਦੀ ਹੈ, ਕੋਈ ਕੀੜੇ ਨੂੰ ਤੁਸੀਂ ਮਾਰਨ ਦੀ ਕੋਸ਼ਿਸ਼ ਕਰਦੇ ਹੋ ਉਹ ਭੱਜ ਦੌੜ ਕਰਦਾ। ਆਪਣਾ ਮਨੁੱਖੀ ਜੀਵਨ ਹੈ, ਬੜਾ ਕੀਮਤੀ ਜੀਵਨ ਹੈ, ਬੜੀ ਘਾਲਣਾ ਨਾਲ ਇਹ ਮਿਲਦਾ ਹੈਗਾ।
ਕੋਈ ਬੰਦਾ ਇਹ ਨਹੀਂ ਚਾਹੁੰਦਾ ਕਿ ਮੇਰੀ ਜਾਨ ਜਾਵੇ। ਇਹ ਜਿਹੜਾ ਦੁਸ਼ਮਣ ਹੈਗਾ, ਜਿਵੇਂ ਪਲੇਗ ਫੈਲਦੀ ਸੀ ਪਹਿਲਾਂ, ਹੋਰ ਬਿਮਾਰੀਆਂ ਫੈਲਦੀਆਂ ਸੀ, ਇਹ ਬਾਹਰ ਹਵਾ 'ਚ ਤੁਰਿਆ ਫਿਰਦਾ। ਇੱਕ ਤਰ੍ਹਾਂ ਦਾ ਜ਼ੁਕਾਮ ਹੈ, ਜ਼ੁਕਾਮ ਤੁਹਾਨੂੰ ਹਰ ਸਾਲ ਹੁੰਦਾ, ਇਹ ਉਦਾਂ ਦਾ ਹੀ ਇੱਕ ਵਾਇਰਸ ਹੈ, ਥੋੜ੍ਹਾ ਜਿਹਾ ਸੀਰੀਅਸ ਕਿਸਮ ਦਾ ਜ਼ੁਕਾਮ ਹੈਗਾ। ਇਹ ਆਉਣ ਵਾਲੇ ਸਮੇਂ 'ਚ ਵੀ ਸਾਡੇ ਨਾਲ ਰਹੂਗਾ। ਰਿਸਰਚ ਜਾਰੀ ਹੈ, ਮੈਂ ਕੋਈ ਸਾਇੰਟਿਸਟ ਨਹੀਂ ਹੈਗਾ, ਸਾਇੰਟਿਸਟ ਸਾਡੇ ਇਸ ਖੋਜ 'ਤੇ ਲੱਗੇ ਹੋਏ ਨੇ। ਇਹ ਹੁਣ ਪਤਾ ਨਹੀਂ ਵੀ ਇਹਦੀ ਜਿਹੜਾ ਇਲਾਜ ਕਦੋਂ ਤੱਕ ਹੁੰਦਾ। ਹੁਣ ਤੁਸੀਂ ਦੇਖੋ ਪੋਲੀਓ ਦਾ ਵਾਇਰਸ ਹੈ, ਉਹ ਸਦੀਆਂ ਤੱਕ ਰਿਹਾ, ਕਿੰਨੇ ਲੋਕ ਉਸ ਗੱਲ ਕਰਕੇ ਵਿਕਲਾਂਗ ਹੋ ਗਏ, ਕਿੰਨੇ ਲੋਕ ਦਿਵਿਆਂਗ ਬਣ ਗਏ ਉਸ ਕਰਕੇ। ਬੜੀ ਘਾਲਣਾ ਨਾਲ ਅਸੀਂ ਜਿਹੜਾ ਉਹਦੀ ਦੋ ਬੂੰਦਾਂ ਆਈਆਂ ਪਿਛਲੇ 24-25 ਸਾਲ ਤੋਂ ਆਪਾਂ ਲੱਗੇ ਹਾਂ, ਹੁਣ ਜਾ ਕੇ ਕਿਤੇ ਆਪਾਂ ਵਾਇਰਸ ਫਰੀ ਹੋਏ ਹੈਗੇ ਹਾਂ। ਸੋ ਇੱਕ ਲੰਬੀ ਘਾਲਣਾ ਹੈਗੀ ਹੈ। ਹੁਣ ਹਰ ਘਰ ਨੂੰ ਆਪਣੀ ਲਕਸ਼ਮਣ ਰੇਖਾ ਆਪਣੀ ਖੁਦ ਹੀ ਖਿੱਚਣੀ ਪੈਣੀ ਹੈ। ਅਨਨੈਸੈਸਰੀ ਬਾਹਰ ਨਹੀਂ ਘੁੰਮਣਾ, ਔਰ ਇਸ ਗੱਲ 'ਚ ਕੋਈ ਸ਼ਾਨੋ ਸ਼ੌਕਤ ਨਹੀਂ ਸਮਝਣੀ। ਮੈਂ ਲੋਕਾਂ ਦੀਆਂ ਵੀਡੀਓਜ਼ ਦੇਖਦਾ, ਮੈਨੂੰ ਤਾਂ ਪਰਿਵਾਰ ਨਾਲ ਕਿਸੇ ਅਫਸਰ ਨੂੰ ਹੀ ਨਹੀਂ ਮਿਲਿਆ ਹੋਣਾ, ਸਾਰੇ ਹੀ ਰੁੱਝੇ ਹੋਏ ਸੀਗੇ। ਲੋਕ ਇਹ ਕਹਿ ਰਹੇ ਵੀ ਅਸੀਂ ਅੰਦਰ ਬੈਠੇ ਉਕਤਾ ਗਏ, ਤੁਸੀਂ ਕਿਸਮਤ ਵਾਲੇ ਹੋ ਕਿ ਤੁਹਾਨੂੰ ਆਪਦੇ ਪਰਿਵਾਰ ਨਾਲ ਸਮਾਂ ਮਿਲ ਰਿਹਾ, ਆਪਦੇ ਬੱਚਿਆਂ ਨੂੰ ਸਾਂਭੋ। ਸਰਕਾਰ ਨੇ ਬੜਾ ਸੋਚ ਸਮਝ ਕੇ ਅਗਲੇ ਹੁਕਮਾਂ ਤੱਕ ਜਿਹੜੇ ਸਕੂਲ ਕਾਲਜ ਜਿਹੜੇ ਆ ਬੰਦ ਕੀਤੇ ਆ, ਕਿਉਂਕਿ ਬੱਚਿਆਂ ਦੀ ਇਮਿਊਨਿਟੀ ਘੱਟ ਹੁੰਦੀ ਹੈ। ਤੁਸੀਂ ਇਹ ਸਾਰੀਆਂ ਗੱਲਾਂ ਆਪਣੇ ਲੜ ਬੰਨ ਲੈਣੀਆਂ ਨੇ। ਕੋਈ ਜ਼ਰੂਰੀ ਤੁਹਾਨੂੰ ਚੀਜ਼ ਲੋੜ ਹੈਗੀ ਹੈ, ਬਾਹਰ ਆਓ, ਖਰੀਦੋ, ਜ਼ਰੂਰ ਕਰੋ। ਗਰਮੀ ਦੇ ਮਹੀਨੇ 'ਚ ਵੈਸੇ ਵੀ ਆਪਾਂ ਕਹਿੰਦੇ ਵੀ ਲੂ ਲੱਗਦੀ ਹੈ। ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨਿਰਵਾਣ ਆਪ ਕਰਨਾ ਹੈਗਾ। ਅੱਜ ਤੋਂ ਬਾਅਦ ਇਹ ਡੋਰ ਤੁਹਾਡੇ ਹਵਾਲੇ ਹੈਗੀ ਹੈ। ਅੱਛਾ, ਦੂਜੀ ਗੱਲ, ਬਹੁਤ ਲੋਕ ਟੀਵੀ 'ਤੇ ਸੈਂਸੇਸ਼ਨ ਆਉਂਦੀ ਹੈ, 208 ਕੇਸ ਜਲੰਧਰ ਮੇਂ ਪੋਜ਼ੀਟਿਵ, 5 ਔਰ ਕਰੋਨਾ ਕੇ ਹੋਏ। ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ 208 ਕੇਸ ਆਏ ਜ਼ਰੂਰ ਸੀ, ਬਟ ਅੱਜ ਦੀ ਡੇਟ 'ਚ ਜਿਹੜੇ ਐਕਟਿਵ ਕੇਸ ਨੇ ਉਹ 47 ਕੇਸ ਨੇ। 47 ਕੇਸ ਹੀ ਸਿਰਫ ਸਿਵਲ ਹਸਪਤਾਲ 'ਚ ਅੱਜ ਦੀ ਡੇਟ 'ਚ ਦਾਖਲ ਨੇ, ਬਾਕੀ ਸਾਰੇ ਬੰਦੇ ਰਾਜੀ ਬਾਜੀ ਹੋ ਕੇ ਆਪਦੇ ਘਰਾਂ ਨੂੰ ਚਲੇ ਗਏ ਆ। ਨੰਦੇੜ ਸਾਹਿਬ ਤੋਂ 26 ਯਾਤਰੀ ਆਏ ਸੀ, ਉਹ ਰਾਜੀ ਬਾਜੀ ਘਰਾਂ ਨੂੰ ਚਲੇ ਗਏ। 7 ਬੱਚੇ ਕੋਟੇ ਤੋਂ ਆਏ ਸੀਗੇ, ਉਹ ਰਾਜੀ ਬਾਜੀ ਹੋ ਕੇ ਘਰਾਂ 'ਚ ਚਲੇ ਗਏ। 18 ਬੰਦੇ ਮਜਨੂੰ ਕੇ ਟਿੱਲੇ ਤੋਂ ਆਏ ਸੀ, ਉਹ ਰਾਜੀ ਬਾਜੀ ਹੋ ਕੇ ਚਲੇ ਗਏ। ਹੋਰ ਉਸ ਤੋਂ ਇਲਾਵਾ 40-50 ਮਜ਼ਦੂਰ ਹੋਰ ਜਗ੍ਹਾ ਤੋਂ, ਜੈਸਲਮੇਰ ਤੋਂ, ਹੋਰ ਥਾਵਾਂ ਤੋਂ ਆਏ ਸੀ, ਸਾਰੇ ਚਲੇ ਗਏ। ਕੋਈ ਆਪਦੇ ਮਨ 'ਚ ਨੈਗੇਟਿਵਿਟੀ ਨਾ ਰੱਖੋ, ਆਪਣਾ ਜਲੰਧਰ 'ਚ ਆਪਾਂ ਇਹਨੂੰ ਬਹੁਤ ਹੱਦ ਤੱਕ ਤੁਹਾਡੇ ਸਹਿਯੋਗ ਨਾਲ ਕਾਬੂ ਕਰਨ 'ਚ ਕਾਮਯਾਬ ਹੋਏ ਹਾਂ। 5500 ਤੋਂ ਵੱਧ ਟੈਸਟ ਕੀਤੇ ਤਾਂ ਜਾ ਕੇ ਆਪਾਂ ਨੂੰ ਇਹ 208 ਕੇਸ ਮਿਲੇ ਸੀਗੇ। 208 'ਚੋਂ ਸਿਰਫ 47 ਐਕਟਿਵ ਕੇਸ ਅੱਜ ਦੀ ਡੇਟ 'ਚ ਸਿਵਲ ਹਸਪਤਾਲ 'ਚ ਹੈਗੇ ਆ, ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਵੀ ਬਿਲਕੁਲ ਠੀਕ ਠਾਕ ਹੋ ਜਾਣਗੇ। ਜਿੱਥੋਂ ਤੱਕ ਸਿਹਤ ਮਹਿਕਮੇ ਦੀ ਤਿਆਰੀ ਹੈ, ਉਹ ਸਿਵਲ ਸਰਜਨ ਸਾਹਿਬ ਤੁਹਾਨੂੰ ਦੱਸਣਗੇ, ਪਰ 340 ਬੈੱਡ ਸਿਵਲ ਹਸਪਤਾਲ ਦੇ ਵਿੱਚ, 500 ਬੈੱਡ ਜਿਹੜੇ ਹੈਗੇ ਆ ਉਹ ਆਪਣਾ ਮੈਰੀਟੋਰੀਅਸ ਦੇ ਵਿੱਚ, ਔਰ ਇਸ ਤੋਂ ਇਲਾਵਾ NIC ਵਗੈਰਾ 'ਚ ਆਪਣੀ ਤਿਆਰੀ ਹੈ। ਪਰ ਆਪਾਂ ਇਸ ਤਰ੍ਹਾਂ ਦੀ NIT 'ਚ ਸੋਰੀ ਪਰ ਆਪਾਂ ਇਸ ਤਰ੍ਹਾਂ ਦੀ ਯਾਨੀ ਕਿ ਗੱਲਬਾਤ ਕਰਨੀ ਹੈਗੀ ਹੈ ਕਿ ਇਹ ਬੈੱਡ ਖਾਲੀ ਰਹਿ ਜਾਣ, ਪਰਮਾਤਮਾ ਨਾ ਕਰੇ ਕਦੇ ਵੀ ਕੋਈ ਇਹਨਾਂ ਬੈੱਡਾਂ 'ਤੇ ਜਾਵੇ। ਅਜੇ ਆਪਾਂ ਨੂੰ ਪਤਾ ਨਹੀਂ ਕਿ ਇਹਦਾ ਵਰਸਟ ਆਉਣਾ ਹੈ ਕਿ ਵਰਸਟ ਲੰਘ ਗਿਆ। ਇੱਕ ਹਨੇਰੀ ਗੁਫਾ ਹੈ, ਔਰ ਹਨੇਰੀ ਗੁਫਾ 'ਚ ਆਪਾਂ ਤਾਂ ਹੀ ਬਚਾਂਗੇ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ। ਦੂਜੀ ਗੱਲ ਇਹ ਹੈਗੀ ਹੈ ਵੀ ਬਹੁਤ ਬੰਦਿਆਂ ਨੂੰ ਇਹ ਹੈਗਾ ਕਿ ਵੀ ਇਹ ਕਿੰਨੇ ਕੁ ਦਿਨ ਇੱਦਾਂ ਦਾ ਮਾਹੌਲ ਚੱਲੂਗਾ। ਜਿਵੇਂ ਮੈਂ ਪਹਿਲਾਂ ਦੱਸਿਆ, ਆਪਾਂ ਸਾਰਿਆਂ ਨੂੰ ਇਸ ਲੰਬੀ ਘਾਲਣਾ ਲਈ ਤਿਆਰ ਹੋ ਕੇ ਰਹਿਣਾ ਪੈਣਾ। ਇਹ ਸਾਰਿਆਂ ਦੇ ਆਪਣੇ ਸਹਿਯੋਗ ਤੋਂ ਬਗੈਰ ਕੋਈ ਬੰਦਾ ਜੇ ਇਹ ਕਹੇ ਵੀ ਇਕੱਲਾ ਪ੍ਰਸ਼ਾਸਨ ਇਹਨੂੰ ਰੋਕ ਲੂਗਾ, ਇਕੱਲੀ ਸਰਕਾਰ ਰੋਕ ਲੂਗੀ, ਸਰਕਾਰ ਦੇ ਜਿਹੜੇ ਇੰਤਜ਼ਾਮਾਤ ਨੇ, PPE ਕਿੱਟਾਂ ਸਾਡੇ ਕੋਲ ਪੂਰੀਆਂ ਆ ਗਈਆਂ। ਸੈਨੇਟਾਈਜ਼ਰ ਜਦੋਂ ਆਪਾਂ ਸ਼ੁਰੂ ਕੀਤਾ, ਲੋਕ ਮੈਨੂੰ ਖਬਰਾਂ ਪਾਉਂਦੇ ਸੀ ਵੀ ਬਲੈਕ ਹੋ ਰਹੀ ਹੈ, ਅੱਜ ਕੋਈ ਖਬਰ ਨਹੀਂ ਆਉਂਦੀ। ਲੋਕ ਕਹਿੰਦੇ ਸੀ ਜੀ ਸਾਨੂੰ ਮਾਸਕ ਨਹੀਂ ਮਿਲ ਰਹੇ, ਉਹ ਕੋਈ ਗੱਲ ਨਹੀਂ ਆ ਰਹੀ। ਮੈਂ ਕੈਮਿਸਟ ਵੀਰਾਂ ਦਾ ਵੀ ਧੰਨਵਾਦ ਕਰਦਾ ਕਿ ਇਨੀਸ਼ੀਅਲ ਟੀਦਿੰਗ ਪ੍ਰਬਸ ਤੋਂ ਬਾਅਦ ਸਾਡੇ ਨਾਲ ਪੂਰਾ ਸਹਿਯੋਗ ਕੀਤਾ। ਕੋਈ ਤੁਸੀਂ ਦੱਸੋ ਕੋਈ ਕਮੀ ਆਈ? ਕੋਈ ਕਮੀ ਨਹੀਂ ਆਈ। ਅੱਜ ਬਾਜ਼ਾਰ 'ਚ ਸਾਰੀਆਂ ਚੀਜ਼ਾਂ ਅਵੇਲੇਬਲ ਹੈਗੀਆਂ ਨੇ, ਔਰ ਵੀ ਆਰ ਬੈਟਰ ਪ੍ਰਪੇਅਰਡ। ਸਾਡੇ ਕੋਲ ਹਸਪਤਾਲ ਵੀ ਬੈਟਰ ਤਿਆਰ ਨੇ, ਪਰ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਇਹ ਹਸਪਤਾਲ ਭਰਨੇ ਆ। ਹੁਣ ਇਹ ਸਾਰੀ ਡੋਰ ਮੈਂ 4th-5th ਵਾਰੀ ਇਹ ਰਿਪੀਟ ਕਰ ਰਿਹਾ, ਤੁਹਾਡੇ ਹੱਥ ਹੈ। ਰਹੀ ਕਿਸਾਨ ਵੀਰਾਂ ਦੀ ਗੱਲ, 5 ਲੱਖ ਤੋਂ ਉੱਤੇ ਮੀਟ੍ਰਿਕ ਟਨ, 5.5 ਲੱਖ ਮੀਟ੍ਰਿਕ ਟਨ, ਸਾਰੀ ਕਣਕ ਹੈ, ਬਿਲਕੁਲ ਬਿਲਕੁਲ ਇੱਕ ਰਵੇ ਜਿੰਨੀ ਵੀ ਪ੍ਰੋਬਲਮ ਨਹੀਂ ਆਉਣ ਦਿੱਤੀ ਸਰਕਾਰ ਨੇ, ਉਹ ਵੀ ਖਰੀਦੀ। ਕੋਈ ਸਬਜ਼ੀ ਵਾਲੇ ਨੂੰ ਕੋਈ ਪ੍ਰੋਬਲਮ ਨਹੀਂ ਆਈ। ਅੱਜ ਤੋਂ ਬਾਅਦ ਮੈਂ ਕੋਈ ਸਬਜ਼ੀ ਦੇ ਰੇਟ ਨਹੀਂ ਕੱਢਣੇ, ਉਹ ਕਰਫਿਊ ਸੀਗਾ ਤਾਂ ਕੱਢ ਰਿਹਾ ਸੀਗਾ, ਹੁਣ ਕਿਉਂਕਿ ਹਰ ਚੀਜ਼ ਖੁੱਲ੍ਹੀ ਹੈਗੀ ਹੈ। ਪਰ ਉਸ 'ਚ ਤੁਸੀਂ ਬਚਾਅ ਕਿੱਦਾਂ ਕਰਨਾ ਹੈ? ਸਬਜ਼ੀ ਨੂੰ ਪਹਿਲਾਂ ਧਰਨਾ ਹੈ, ਸੈਨੇਟਾਈਜ਼ ਕਰਨਾ ਹੈ, 24 ਘੰਟਿਆਂ ਬਾਅਦ ਵਰਤਣਾ ਹੈ। ਬੱਚਿਆਂ ਨੂੰ ਜੋ ਕਿਤਾਬ ਦੇਣੀ ਹੈ ਉਹ 24 ਘੰਟਿਆਂ ਬਾਅਦ ਦੇਣੀ ਹੈ। ਫਿਰ ਉਸ ਤੋਂ ਬਾਅਦ ਤੁਹਾਨੂੰ ਦਵਾਈਆਂ ਸਾਰੀਆਂ ਅਵੇਲੇਬਲ ਨੇ। ਕੋਈ ਤੁਸੀਂ ਇਹ ਦੱਸੋ ਵੀ ਤੁਹਾਨੂੰ ਕੋਈ ਚੀਨੀ, ਚੌਲ, ਕੋਈ ਕਮੀ ਕਦੇ ਆਈ ਹੋਵੇ? ਸਾਰੀਆਂ ਚੀਜ਼ਾਂ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਇਹ ਸਾਰਾ ਚਲਾਉਣ ਲਈ ਦਾਲਾਂ ਕਿੱਥੋਂ ਆਉਣੀਆਂ, ਚੀਨੀ ਕਿੱਥੋਂ ਆਉਣੀ ਹੈ, ਦੁੱਧ ਕਿੱਥੋਂ ਆਉਣੀ ਹੈ, ਬਹੁਤ ਸਾਰੀ ਪਲੈਨਿੰਗ ਔਰ ਐਨਰਜੀ ਲੱਗੀ ਹੈ। ਔਰ ਮੈਂ ਸ਼ਾਬਾਸ਼ ਦਿੰਦਾ ਪੁਲਿਸ ਅਫਸਰਾਂ ਦੀ ਉਸ ਟੀਮ ਨੂੰ, ਔਰ ਸਿਵਲ ਅਫਸਰਾਂ ਦੀ ਉਸ ਟੀਮ ਨੂੰ, ਜਿਹਨੇ ਸਾਰਾ ਕੁਛ ਕਾਮਯਾਬੀ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਨੇਪਰੇ ਚਾੜਿਆ ਹੈਗਾ।
ਔਰ ਹੁਣ ਆਪਾਂ ਅੱਗੇ ਵੀ ਇਸੇ ਤਰ੍ਹਾਂ ਹੀ ਰਹਿਣਾ। ਇੱਕ ਲਾਸਟ ਗੱਲ ਜਿਹੜੀ ਮੈਂ ਦੱਸਣਾ ਚਾਹੁੰਦਾ, ਬਹੁਤ ਸਾਰੇ ਇੰਡਸਟਰੀਅਲਿਸਟ ਵੀਰਾਂ ਦੇ ਮਨ 'ਚ ਇਹ ਤੌਖਲਾ ਸੀ ਕਿ ਪੰਜਾਬ ਸਰਕਾਰ ਨੇ ਟ੍ਰੇਨਾਂ ਚਲਾ ਕੇ ਇਹ ਪ੍ਰਵਾਸੀ ਮਜ਼ਦੂਰ ਕਿਉਂ ਜਾ ਰਹੇ ਆ। ਜਲੰਧਰ ਜ਼ਿਲ੍ਹੇ ਨੇ ਉਸ 'ਚ ਪਹਿਲ ਲੈ ਕੇ 50 ਟ੍ਰੇਨਾਂ ਗਈਆਂ, ਹੁਣ ਤੱਕ 60,000 ਮਜ਼ਦੂਰ ਗਿਆ, ਜਦਕਿ 2.5 ਲੱਖ ਮਜ਼ਦੂਰ ਹੈ। 2.5 ਲੱਖ 'ਚੋਂ 60,000 ਕੀ ਹੁੰਦਾ ਹੈਗਾ? ਇਹ 25% ਵੀ ਨਹੀਂ ਬਣਦਾ ਹੈਗਾ, 25% ਵੀ ਨਹੀਂ ਬਣਦਾ, 25 ਤੋਂ ਵੀ ਥੋੜ੍ਹਾ ਜਿਹਾ 22-23% ਹੀ ਬਣਦਾ ਹੈਗਾ। ਤੁਸੀਂ ਇਹ ਦੇਖੋ, ਇਹਦੇ ਦੋ ਫਰਕ ਹੋਏ। ਜਦੋਂ ਵੀ ਤੁਸੀਂ ਕਿਸੇ ਮਹਾਮਾਰੀ ਦਾ ਰਿਕਾਰਡ ਚੱਕ ਕੇ ਦੇਖ ਲਓ, ਜਿਹੜੇ ਸਰਵੈਂਟ ਕੁਆਟਰਸ ਹੁੰਦੇ ਨੇ ਆ, ਜਿੱਥੇ ਲੇਬਰ ਰਹਿੰਦੀ ਹੈ, ਕਿਉਂਕਿ ਉਹ ਵਿਚਾਰੇ ਬੜੇ ਭੀੜੀ ਥਾਂ 'ਚ ਰਹਿੰਦੇ ਆ, ਇੱਕ ਇੱਕ ਕਮਰੇ 'ਚ 10-10 ਬੰਦੇ ਰਹਿੰਦੇ ਆ, ਔਰ ਜਦੋਂ ਇੱਕ ਵਾਰੀ ਉੱਥੇ ਫੈਲ ਜੇ ਤਾਂ ਉਹਦੇ ਨਾਲ ਜਿਹੜੇ ਬਾਕੀ ਲੋਕ ਹੁੰਦੇ ਆ ਉਹ ਵੀ ਸੁਰੱਖਿਅਤ ਨਹੀਂ ਹੁੰਦੇ। ਤੁਸੀਂ ਇਹ ਦੇਖੋ ਵੀ ਉਹਨਾਂ ਦੀ ਜਾਨ ਦੇ ਨਾਲ, ਭੀੜ ਦੇ ਨਾਲ ਬਾਕੀ ਸ਼ਹਿਰ ਵੀ ਜਿਹੜਾ ਹੈਗਾ ਉਹ ਸੁਰੱਖਿਅਤ ਹੋਇਆ ਹੈਗਾ। ਦੂਜੀ ਗੱਲ, ਜਿਹੜੀ ਲੇਬਰ ਮਾਰਕੀਟ ਹੈ, ਕਿਉਂਕਿ ਵੈਸਟਰਨ ਮਾਰਕੀਟਸ ਦੇ ਵਿੱਚ ਲੇਬਰ ਦੀ ਕਮੀ ਸਮਝ ਲਓ, ਜਾਂ ਉੱਥੇ ਡਿਮਾਂਡ ਦੀ ਕਮੀ ਸਮਝ ਲਓ, ਜੇ ਪ੍ਰੋਡਕਸ਼ਨ ਯੂਨਿਟ ਵੀ ਆਪਣੇ 100% 'ਤੇ ਨਹੀਂ ਚੱਲ ਰਹੇ। ਲੇਬਰ ਦੀ ਘੱਟ ਡਿਮਾਂਡ ਸੀਗੀ, ਘੱਟ ਲੇਬਰ ਆਪਣੇ ਕੋਲ ਰਹਿ ਗਈ, ਜਿੰਨੀ ਰਹਿ ਗਈ ਉਹ ਆਪਟੀਮਮ ਹੈ। ਹੁਣ ਜਿਹੜੀ ਰਹੂਗੀ ਉਹਨੂੰ ਰੁਜ਼ਗਾਰ ਵੀ ਮਿਲੂਗਾ, ਉਹ ਕਿਸੇ ਮੂਹਰੇ ਹੱਥ ਵੀ ਨਹੀਂ ਅੱਡੂਗੀ, ਇੰਡਸਟਰੀਸ ਦਾ ਵੀ ਕੰਮ ਚੱਲੂਗਾ, ਐਟ ਦਾ ਸੇਮ ਟਾਈਮ ਜਿਹੜੇ ਬੰਦੇ ਰਹਿਣਗੇ ਉਹਨਾਂ ਨੂੰ 4 ਪੈਸੇ ਵੀ ਮਿਲਣਗੇ, ਔਰ ਉਹਦੇ ਨਾਲ ਇੱਕ ਤਵਾਜਨ ਬਣਿਆ ਰਹੂਗਾ। ਤੁਸੀਂ ਇਹ ਦੇਖੋ ਵੀ ਜੇ ਤਵਾਜਨ ਨਾ ਬਣਾਇਆ ਜਾਂਦਾ, ਇਹ 60,000 ਵਿਹਲੇ ਬੰਦਿਆਂ ਨੂੰ ਅਸੀਂ ਬਿਠਾ ਕੇ ਰੱਖਦੇ, ਕੀ ਗਰੰਟੀ ਸੀ ਕਿ ਇਹ ਸੜਕਾਂ 'ਤੇ ਨਾ ਆਉਂਦੇ? ਜੋ ਸੂਰਤ 'ਚ ਹੋਇਆ, ਬੰਬੇ 'ਚ ਹੋਇਆ, ਜਿੱਦਾਂ ਦੇ ਪ੍ਰਦਰਸ਼ਨ ਹੋਏ, ਤੁਸੀਂ ਦੱਸੋ ਜਲੰਧਰ 'ਚ ਇੱਕ ਵੀ ਪ੍ਰਦਰਸ਼ਨ ਹੋਇਆ? ਆਪਣੇ ਸਟੇਟ ਰਿਸੋਰਸਿਸ, ਆਪਣਾ ਲੰਗਰ, ਆਪਣਾ ਰਾਸ਼ਨ, ਜੋ ਆਪਾਂ ਇਹਨਾਂ ਨੂੰ ਆਫਰ ਕਰ ਸਕਦੇ ਹਾਂ, ਸਾਰੀਆਂ ਚੀਜ਼ਾਂ ਦੀ ਇੱਕ ਲਿਮਿਟ ਹੈ। ਇਹਨਾਂ ਨੂੰ ਦਿੱਤੀ ਜਾਣ ਵਾਲੀ ਦਵਾਈ, ਖੁਦਾ ਨਾ ਕਰੇ ਬਿਮਾਰ ਹੋ ਜਾਣ, ਦਿੱਤੇ ਜਾਣ ਵਾਲੇ ਹੋਸਪਿਟਲ, ਉਹ ਵੀ ਸਾਰੀਆਂ ਚੀਜ਼ਾਂ ਲਿਮਿਟਡ ਸੀਗੀਆਂ। ਇਸ ਕਰਕੇ ਇਹ ਜਿਹੜੇ ਵਿਰਲਾ ਹੋਇਆ ਹੈਗਾ ਕੰਮ, ਇਹ ਵੀ ਇੱਕ ਆਪਣੇ ਹੱਕ 'ਚ ਹੀ ਹੈ। ਪਰ ਮੈਂ ਇੱਕ ਹੁਣ ਚੰਗਾ ਟ੍ਰੈਂਡ ਇਹ ਦੱਸਦਾ ਕਿ ਕੱਲ੍ਹ ਤੋਂ 20-25% ਮਾਈਗ੍ਰੈਂਟ ਲੇਬਰ ਐਸੀ ਹੈ ਜਿਹੜੀ ਕਿ ਫੋਨ 'ਤੇ ਕਹਿੰਦੀ ਹੈ ਕਿ ਸਰ ਹਮੇ ਕੰਮ ਮਿਲ ਗਿਆ, ਹਮ ਜਾਣਾ ਨਹੀਂ ਚਾਹਤੇ। ਤੋ ਇੰਡਸਟਰੀ ਵਾਲੇ ਆਪਦੇ ਮਨ 'ਚ ਇੱਕ ਕੌਨਫੀਡੈਂਸ ਰੱਖਣ, ਆਪਦਾ ਕੰਮ ਚਾਲੂ ਕਰਨ। ਹੁਣ ਜਿਹੜੀ ਲੇਬਰ ਹੈ ਉਹ ਰਿਟੇਨ ਹੋ ਰਹੀ ਹੈ, ਕਿਉਂਕਿ ਅੱਜ ਤੋਂ ਨੋਰਮਲ ਕੰਮ ਚਾਲੂ ਹੋ ਗਿਆ। ਅਤੇ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਦੁਬਾਰਾ ਤੋਂ, ਕਿਉਂਕਿ ਅੱਗੇ ਮੈਂ ਬੜੀ ਫਰੀਕੁਐਂਟਲੀ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ, ਅੱਜ ਥੋੜ੍ਹੀ ਜਿਹੀ ਲੰਬੀ ਗੱਲ ਕੀਤੀ ਹੈ, ਵੀ ਕਰਫਿਊ ਅਜੇ ਹੋ ਗਿਆ, ਹੋ ਸਕਦਾ ਆਪਾਂ ਘੱਟ ਫਰੀਕੁਐਂਸੀ 'ਤੇ ਗੱਲਾਂ ਕਰੀਏ, ਪਰ ਤੁਸੀਂ ਇਹ ਗੱਲਾਂ ਲੜ ਬਲ ਲੈਣੀ ਹੈ। ਤੁਸੀਂ ਸਾਰੇ ਸਿਆਣੇ ਹੋ, ਮੇਰੇ ਨਾਲ ਤੋਂ ਕਿਤੇ ਵੱਧ ਸਿਆਣੇ ਹੋ, ਤੁਸੀਂ ਮੇਰੇ ਤੋਂ ਵੱਧ ਬਹੁਤ ਦੁਨੀਆ ਦੇਖੀ ਹੈ, ਤੁਸੀਂ ਬਾਹਰੋਂ ਸਾਨੂੰ ਓਬਜ਼ਰਵ ਕਰਦੇ ਹੋ, ਸਾਡੀਆਂ ਗਲਤੀਆਂ ਸਲਤੀਆਂ ਸਾਰੀਆਂ ਦੇਖਦੇ ਹੋ, ਜੇ ਕੋਈ ਰਹੀ ਵੀ ਹੋਈ ਤਾਂ ਉਹਨੂੰ ਮਾਫ਼ ਕਰਿਓ, ਅਸੀਂ ਅੱਗੇ ਵੀ ਜ਼ੋਰ ਇੱਦਾਂ ਹੀ ਲਾਉਂਦੇ ਰਹਾਂਗੇ। ਸਾਡੀ ਮਨ 'ਚ ਜਾਂ ਨੇਕ ਨੀਤੀ 'ਚ ਕੋਈ ਫਰਕ ਨਹੀਂ ਹੈਗਾ, ਪਰ ਅਲਟੀਮੇਟਲੀ ਆਪਦਾ ਬਚਾਅ ਹਰ ਪਰਿਵਾਰ ਨੇ, ਹਰ ਬੱਚੇ ਨੇ, ਹਰ ਬਜ਼ੁਰਗ ਨੇ, ਹਰ ਮਹਿਲਾ ਨੇ, ਹਰ ਵਿਅਕਤੀ ਨੇ, ਸਭ ਨੇ ਤੁਸੀਂ ਆਪ ਨੇ ਕਰਨਾ। ਪਰਮਾਤਮਾ ਤੁਹਾਡੇ ਨਾਲ ਹੈਗਾ, ਆਪਣੇ ਨਾਲ ਹੈਗਾ, ਤੁਸੀਂ ਆਪਦੀ ਰੱਖਿਆ ਕਰੋ, ਔਰ ਅਸੀਂ ਸਰਕਾਰ ਵੱਲੋਂ ਦਿਨ ਰਾਤ ਇੱਦਾਂ ਹੀ ਅੱਗੇ ਵੀ ਲੱਗੇ ਰਹਾਂਗੇ। ਖੁਦਾ ਹਾਫਿਜ਼, ਔਰ ਪਰਮਾਤਮਾ ਤੁਹਾਡੀ ਇੱਦਾਂ ਹੀ ਚੜ੍ਹਦੀ ਕਲਾ, ਚੰਗੀ ਸਿਹਤ ਰੱਖੇ। ਧੰਨਵਾਦ।